ਮਾਤਾ ਰਾਣੀ ਦੇ ਜਾਗਰਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਸਟੇਜ ਦੇ ਬਿਲਕੁਲ ਨਾਲ ਲੱਗੇ ਲੋਹੇ ਦੇ ਪਿੱਲਰ ਲੋਕਾਂ ਦੇ ਉੱਤੇ ਡਿੱਗੇ ਨੇ, ਜਿਸ ਦੇ ਕਾਰਨ 2 ਔਰਤਾਂ ਦੀ ਦਰਦਨਾਕ ਮੌਤ ਅਤੇ 15 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਇਹ ਹਾਦਸੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਮਾਤਾ ਰਾਣੀ ਦਾ ਜਾਗਰਣ ਚੱਲ ਰਿਹਾ ਹੁੰਦਾ ਹੈ ਤਾਂ ਸਟੇਜ ਦੇ ਉੱਤੇ ਇੱਕ ਔਰਤ ਦੇ ਵੱਲੋਂ ਭਜਨ ਗਾਇਨ ਕੀਤਾ ਜਾਂਦਾ ਹੈ। ਅਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਜਦੋਂ ਬੀਤੀ ਰਾਤ ਨੂੰ ਕਾਫ਼ੀ ਜ਼ਿਆਦਾ ਤੇਜ਼ ਹਨੇਰੀ ਚੱਲੀ ਤਾਂ ਉਸਦੇ ਵਿੱਚ ਇਹ ਲੋਹੇ ਦੇ ਪਿੱਲਰ ਜੋ ਸੀ ਸਟੇਜ ਦੇ ਆਲੇ ਦੁਆਲੇ ਲਗਾਏ ਹੋਏ ਸੀ ਲਾਈਟਿੰਗ ਦੇ ਲਈ, ਪਰ ਅਚਾਨਕ ਹੀ ਜਦੋਂ ਹਵਾ ਚੱਲੀ ਤਾਂ ਇਹ ਸਾਰੇ ਹੀ ਪਿੱਲਰ ਧੜਾਮ ਦੇ ਕੇ ਲੋਕਾਂ ਦੇ ਉੱਤੇ ਡਿੱਗ ਜਾਂਦੇ ਨੇ, ਜਿਸ ਦੇ ਕਾਰਨ 15 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ 2 ਔਰਤਾਂ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਮਾਮਲਾ ਲੁਧਿਆਣਾ ਦੇ ਹੰਬੜਾ ਰੋਡ ਤੋਂ ਸਾਹਮਣੇ ਆਇਆ, ਜਿੱਥੇ ਕਿ ਰਾਤ ਨੂੰ ਨਰਾਤਿਆਂ ਦੇ ਮੌਕੇ 'ਤੇ ਮਾਤਾ ਦਾ ਜਾਗਰਣ ਕਰਵਾਇਆ ਜਾ ਰਿਹਾ ਸੀ। ਅਤੇ ਇਸੇ ਦੌਰਾਨ ਜਦੋਂ ਤੇਜ਼ ਹਨੇਰੀ ਚੱਲਦੀ ਹੈ ਤਾਂ ਉਸੇ ਦੌਰਾਨ ਦੱਸਿਆ ਜਾ ਰਿਹਾ ਕਿ ਜਿਹੜੇ ਲੋਹੇ ਦੇ ਵੱਡੇ ਵੱਡੇ ਪਿੱਲਰ ਖੜ੍ਹੇ ਹੁੰਦੇ ਨੇ ਇਹ ਲੋਕਾਂ ਦੇ ਉੱਤੇ ਹੀ ਡਿੱਗ ਜਾਂਦੇ ਨੇ, ਜਿਸ ਦੇ ਵਿੱਚ 2 ਔਰਤਾਂ ਦੀ ਦਰਦਨਾਕ ਮੌਤ ਹੋ ਗਈ ਹੈ। ਅਤੇ ਮੌਕੇ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਲੋਹੇ ਦੇ ਪਿੱਲਰ ਨੇ ਕਿਵੇਂ ਲੋਕਾਂ ਦੇ ਉੱਤੇ ਡਿੱਗੇ ਨੇ। ਮਾਤਾ ਰਾਣੀ ਦੇ ਜਾਗਰਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਸਟੇਜ ਦੇ ਬਿਲਕੁਲ ਨਾਲ ਲੱਗੇ ਲੋਹੇ ਦੇ ਪਿੱਲਰ ਲੋਕਾਂ ਦੇ ਉੱਤੇ ਡਿੱਗੇ ਨੇ, ਜਿਸ ਦੇ ਕਾਰਨ 2 ਔਰਤਾਂ ਦੀ ਦਰਦਨਾਕ ਮੌਤ ਅਤੇ 15 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਇਹ ਹਾਦਸੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਮਾਤਾ ਰਾਣੀ ਦਾ ਜਾਗਰਣ ਚੱਲ ਰਿਹਾ ਹੁੰਦਾ ਹੈ ਤਾਂ ਸਟੇਜ ਦੇ ਉੱਤੇ ਇੱਕ ਔਰਤ ਦੇ ਵੱਲੋਂ ਭਜਨ ਗਾਇਨ ਕੀਤਾ ਜਾਂਦਾ ਹੈ। ਅਤੇ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਜਦੋਂ ਬੀਤੀ ਰਾਤ ਨੂੰ ਕਾਫ਼ੀ ਜ਼ਿਆਦਾ ਤੇਜ਼ ਹਨੇਰੀ ਚੱਲੀ ਤਾਂ ਉਸਦੇ ਵਿੱਚ ਇਹ ਲੋਹੇ ਦੇ ਪਿੱਲਰ ਜੋ ਸੀ ਸਟੇਜ ਦੇ ਆਲੇ ਦੁਆਲੇ ਲਗਾਏ ਹੋਏ ਸੀ ਲਾਈਟਿੰਗ ਦੇ ਲਈ, ਪਰ ਅਚਾਨਕ ਹੀ ਜਦੋਂ ਹਵਾ ਚੱਲੀ ਤਾਂ ਇਹ ਸਾਰੇ ਹੀ ਪਿੱਲਰ ਧੜਾਮ ਦੇ ਕੇ ਲੋਕਾਂ ਦੇ ਉੱਤੇ ਡਿੱਗ ਜਾਂਦੇ ਨੇ, ਜਿਸ ਦੇ ਕਾਰਨ 15 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ 2 ਔਰਤਾਂ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਮਾਮਲਾ ਲੁਧਿਆਣਾ ਦੇ ਹੰਬੜਾ ਰੋਡ ਤੋਂ ਸਾਹਮਣੇ ਆਇਆ, ਜਿੱਥੇ ਕਿ ਰਾਤ ਨੂੰ ਨਰਾਤਿਆਂ ਦੇ ਮੌਕੇ 'ਤੇ ਮਾਤਾ ਦਾ ਜਾਗਰਣ ਕਰਵਾਇਆ ਜਾ ਰਿਹਾ ਸੀ। ਅਤੇ ਇਸੇ ਦੌਰਾਨ ਜਦੋਂ ਤੇਜ਼ ਹਨੇਰੀ ਚੱਲਦੀ ਹੈ ਤਾਂ ਉਸੇ ਦੌਰਾਨ ਦੱਸਿਆ ਜਾ ਰਿਹਾ ਕਿ ਜਿਹੜੇ ਲੋਹੇ ਦੇ ਵੱਡੇ ਵੱਡੇ ਪਿੱਲਰ ਖੜ੍ਹੇ ਹੁੰਦੇ ਨੇ ਇਹ ਲੋਕਾਂ ਦੇ ਉੱਤੇ ਹੀ ਡਿੱਗ ਜਾਂਦੇ ਨੇ, ਜਿਸ ਦੇ ਵਿੱਚ 2 ਔਰਤਾਂ ਦੀ ਦਰਦਨਾਕ ਮੌਤ ਹੋ ਗਈ ਹੈ। ਅਤੇ ਮੌਕੇ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਲੋਹੇ ਦੇ ਪਿੱਲਰ ਨੇ ਕਿਵੇਂ ਲੋਕਾਂ ਦੇ ਉੱਤੇ ਡਿੱਗੇ ਨੇ। ਓਏ 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 ਓਏ